ਇਸ ਸਰਕਾਰ ਨੂੰ ਕਹਾਂਗੇ ਜਿਹਨੂੰ ਅੱਜ ਸਾਨੂੰ 9ਵਾਂ ਮਹੀਨਾ ਲੱਗ ਗਿਆ ਲਾਰੈਂਸ ਦੀ ਵੀਡੀਓ ਦਾ ਰੌਲਾ ਪਾਈ ਜਾਂਦੇ ਨੂੰ। ਮਾਨਯੋਗ ਹਾਈ ਕੋਰਟ ਨੇ ਇਹ ਗੱਲ ਕਹੀ 21 ਦਸੰਬਰ ਨੂੰ ਜੱਜ ਸਾਹਿਬ ਦੇ ਆਰਡਰ ਹੋ ਗਏ, ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਆਰਡਰ ਕੀਤੇ ਸਟੇਟ ਨੂੰ ਵੀ ਇਹਨੂੰ ਹਟਾਓ। ਤੁਸੀਂ ਦੇਖੋ ਸਰਕਾਰ ਦੀ ਕੀ ਕਹਾਂ ਲਾਪਰਵਾਹੀ, ਹਾਈ ਕੋਰਟ ਦੇ ਕੀਤੇ ਹੋਏ ਹੁਕਮਾਂ ਨੂੰ ਟਿੱਚ ਕਰਕੇ ਜਾਣੇ, ਅੱਜ ਤੱਕ ਵੀਡੀਓ ਨਹੀਂ ਹਟਾਈ, ਸਗੋਂ ਉਹਦੇ ਛੋਟੀਆਂ ਛੋਟੀਆਂ ਰੀਲਾਂ ਬਣਾ ਕੇ ਜਿੱਦਾਂ ਜੋਗਿੰਦਰ ਪਟਿਆਲਾ ਨੂੰ ਪੁੱਛਦਾ ਫਿਰ ਸਲਮਾਨ ਖਾਨ ਕੋ ਕੰਮ ਮਾਰੇ, ਉਹ ਕਹਿੰਦਾ ਜਾਓ ਮਾਰੂੰਗਾ ਤਾਂ ਗੁੰਡਾ ਬਣ ਜਾਊਗਾ। ਏਦਾਂ ਦੀਆਂ ਜਿਹੜੀਆਂ ਵੀਡੀਓ ਕੱਟ ਕੱਟ ਕੇ ਤਾਂ ਜੋ ਜੇ ਕਿਤੇ 9-10 ਤਰੀਕ ਦੀ ਪੇਸ਼ੀ ਆ ਹਾਈ ਕੋਰਟ ਦੇ ਵਿੱਚ, 9 ਤੱਕ ਚਲਾਉਣਗੇ ਤੁਹਾਡੇ ਸਾਹਮਣੇ, ਤਾਂ ਮੈਂ ਕਿਵੇਂ ਕਹਿਣਾ ਸਰਕਾਰ ਮੇਰੀ ਹੈ? ਸਰਕਾਰ ਗੈਂਗਸਟਰਾਂ ਦੀ ਹੈ, ਬਦਮਾਸ਼ਾਂ ਦੀ ਹੈ, ਚੋਰਾਂ ਦੀ ਹੈ ਸਰਕਾਰ। ਜਦੋਂ ਉਹਨਾਂ ਲੋਕਾਂ ਦੀ ਮਦਦ ਇੰਨੀ ਜ਼ਿਆਦਾ ਕਰਦੇ ਹੈ, ਉਹਨਾਂ ਦੀ ਅਦਾਲਤ ਵੱਲੋਂ 2 ਵਾਰ 100 ਫੋਟੋ ਲੈਣ ਤੋਂ ਬਾਅਦ, ਅਦਾਲਤ ਵੱਲੋਂ ਹੁਕਮ ਕਰਨ ਤੋਂ ਬਾਅਦ ਸਰਕਾਰ ਨੇ ਅੱਜ ਤੱਕ ਉਸ ਇੰਟਰਵਿਊ ਨੂੰ ਯੂਟਿਊਬ ਤੋਂ ਹਟਾਉਣ ਦਾ ਮਨ ਨਹੀਂ ਬਣਾਇਆ ਅੱਜ ਤੱਕ। ਜਦਕਿ ਸਟੇਟ ਨੂੰ ਤਾਂ ਉਹ ਵੀਡੀਓ ਸੀ ਜਿਹੜੀ ਇੰਟਰਵਿਊ ਸੀ ਪ੍ਰੂਵ ਕਰਕੇ ਦੇਣੀ ਚਾਹੁੰਦੀ ਸੀ ਤਾਂ ਜੋ ਸਾਡੇ ਟ੍ਰਾਇਲ ਦੇ ਵਿੱਚ ਅਸੀਂ ਉਹਦੀ ਵਰਤੋਂ ਕਰਦੇ। ਇਹੀ ਹੌਸਲਾ ਪਿਆ ਉਹਨਾਂ ਦਾ ਜਿਨ੍ਹਾਂ ਨੇ ਪਹਿਲਾਂ ਜਵਾਕ ਨੂੰ ਮਾਰ ਦਿੱਤਾ ਬੇਰਹਿਮੀ ਦੇ ਨਾਲ, ਉਸ ਤੋਂ ਬਾਅਦ ਅਦਾਲਤ 'ਚ ਆ ਕੇ ਕਹਿੰਦੇ ਜੀ ਸੱਚ ਤਾਂ ਸਿੱਧੂ ਨੂੰ ਜਾਣਦੇ ਨਹੀਂ, ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਸਿੱਧੂ ਦਾ। ਦੇਖ ਲਓ ਜੀ ਖੜੇ ਕਿੱਥੇ ਆ, ਕੋਈ ਇਹ ਕੋਈ ਤੂੰ ਮੈਂ ਹੋਈ ਹੈ ਵੀ ਯਾਰ ਮੈਥੋਂ ਗੁੱਸੇ 'ਚ ਜਾਂਦਾ ਹੋਇਆ ਮੈਂ ਤੈਨੂੰ ਬੋਲ ਗਿਆ? ਯਾਰ ਤੁਸੀਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ ਤਾਂ ਤੁਸੀਂ ਆਸਾਨੀ ਨਹੀਂ ਕਹਿਤਾ। ਉਹ ਜੱਗੂ ਬੈਠਾ ਉਹ ਕਹਿੰਦਾ ਮੇਰਾ, ਮੈਂ 2 ਮੰਤਰੀਆਂ ਦੇ ਵਿੱਚ ਕਿਸੇ ਨੇ ਮੇਰਾ ਕੋਈ ਲੈਣਾ ਦੇਣਾ ਨਹੀਂ। ਲਾਰੈਂਸ ਕਹਿੰਦਾ ਮੇਰਾ ਕੋਈ ਲੈਣਾ ਦੇ, ਜਿੰਨੇ ਬੰਦੇ ਅਸੀਂ ਟ੍ਰਾਇਲ ਦੇ ਵਿੱਚ ਸ਼ਾਮਿਲ ਕੀਤੇ ਨੇ ਜਾਂ ਕੀਤੇ ਲੋੜਦੇ ਆ ਸਾਰੇ ਕਹਿੰਦੇ ਸਾਡਾ ਸਿੱਧੂ ਜਾਣਦੇ ਨਹੀਂ। ਫਿਰ ਸਾਨੂੰ ਇਹ ਤਾਂ ਦੱਸ ਦਿਓ ਜਾਣਦਾ ਕੌਣ ਹੈ? ਅਸੀਂ ਮੰਨ ਲਈਏ ਵੀ ਅਸੀਂ, ਮੈਂ ਗਲਤ ਹੋ ਸਕਦਾ, ਮੇਰਾ ਅੰਦਾਜ਼ਾ ਗਲਤ ਤਾਂ ਨਹੀਂ ਭਾਈ, ਤੂੰ ਤਾਂ ਇਹਦਾ ਨਾਂ ਲੈਣਾ ਬੰਦਾ ਤਾਂ ਹੈ ਜਿਹਨੇ ਸਿੱਧੂ ਨੂੰ ਮਾਰਿਆ, 32 ਫੈਰ ਮਾਰਤੇ ਵੀ ਮੰਨੋ ਜਵਾਕ, ਤੁਸੀਂ ਕੱਖਾਂ ਵਾਂਗੂ ਰੋਲਤਾ, ਕਹਿੰਦੇ ਕਸੂਰ ਸਾਡਾ ਕਿਸੇ ਦੇ ਨਹੀਂ। ਇਹ ਸਾਡੀ ਸਰਕਾਰ ਹੈ, ਇੱਕ ਵੀ ਬਿਆਨ ਇਸ ਮਾਮਲੇ ਦੇ ਉੱਤੇ ਜੇ ਕਿਸੇ ਦਾ ਆਇਆ ਹੋਵੇ ਤੁਹਾਡੇ ਸਾਹਮਣੇ, ਤੁਸੀਂ ਸਾਰੇ ਸੋਸ਼ਲ ਮੀਡੀਆ 'ਤੇ ਰਹਿੰਦੇ ਹੋ, ਸਾਰਾ ਭੰਡਣ ਨੂੰ ਜੀ ਨਹੀਂ ਕਰਦਾ ਵੀ ਰੋਜ਼ ਇੱਕ ਇੱਕ ਗੱਲ ਨੂੰ ਕਹਿ ਕਹਿ ਕੇ ਆਪ ਨੂੰ ਵੀ ਸ਼ਰਮ ਆਉਂਦੀ ਹੈ ਵੀ ਯਾਰ ਵਾਰੀ ਵਾਰੀ ਰੋਜ਼ ਕੀ ਰੌਲਾ ਪਾਈ ਜਾਂਦੀ ਹੈ, ਪਰ ਮੈਨੂੰ ਗੱਲ ਕਰਨੀ ਪੈਂਦੀ ਹੈ। ਤੁਸੀਂ ਦੂਰ ਦੁਰਾਡੇ ਤੋਂ ਆਉਂਦੇ ਹੋ, ਤੁਹਾਡੇ ਮਨ ਦੇ ਵਿੱਚ ਹਰੇਕ ਤੇ ਸਵਾਲ ਹੁੰਦਾ ਵੀ ਯਾਰ ਕੀ ਹੋਇਆ, ਕੁਛ ਹੋਇਆ ਕਿ ਨਹੀਂ ਹੋਇਆ, ਕਿੱਥੇ ਗੱਲ ਖੜੀ ਹੈ, ਤਾਂ ਤੁਹਾਨੂੰ ਦੱਸਣਾ ਬਣਦਾ, ਮੇਰਾ ਫਰਜ਼ ਬਣ ਜਾਂਦਾ ਵੀ ਭਾਈ ਇੰਨੀ ਕਾਰਵਾਈ ਹੋਈ ਹੈ, ਚਾਰਜ ਫਰੇਮ ਨਹੀਂ ਹੋਣ ਦੇ ਰਹੇ, ਕਦੇ ਕੋਈ ਤੇ ਚਲਾ ਦਿੰਦੇ ਨੇ, ਕਦੇ ਕੋਈ ਤੇ ਚਲਾ ਦਿੰਦੇ, ਜਾਂਦੇ ਹਾਂ ਤਰੀਕ 'ਤੇ, ਅੱਜ 5 ਤਰੀਕਾਂ ਤਾਂ ਹੋ ਗਏ ਵੀ ਐਤਕੀ ਤਾਂ ਹੋ ਜਾਣਗੇ ਲਾਜ, ਐਤਕੀ ਆਸ ਸੀਗੀ ਪਿਛਲੀ ਡੇਟ ਦੇ ਉੱਤੇ ਵੀ ਚਾਰਜ ਫਰੇਮ ਹੋ ਜਾਣਗੇ, ਤਾਂ ਸਾਹਿਬਜ਼ਾਦੇ ਮੁੱਕਰੀ ਗਏ ਸਾਰੇ ਗੱਲ ਤੋਂ, ਕਹਿੰਦੇ ਸਾਡਾ ਤਾਂ ਕਤਲ ਦਾ ਮਸਲਾ ਹੀ ਨਹੀਂ ਕੋਈ। ਆਹ ਹਾਲ ਭਰਾਵੋ ਸਾਡੀ ਸਟੇਟ ਦਾ। ਹਾਂ ਵੋਟਾਂ ਦੀ ਜ਼ਰੂਰ ਫਿਕਰ ਹੈ, ਕਿਹੜਾ ਕਿੱਥੋਂ ਖੜਾ ਹੋਊ, ਕਿਹੜਾ ਕਿੱਥੋਂ ਖੜਾ ਹੋਊ, ਬਸ ਉਹੀ ਜਿਹੀ ਨੋਟ ਆਊ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਭਾਵੇਂ ਤੁਸੀਂ ਕਿਸੇ
ਪਾਰਟੀ ਦਾ ਸੰਬੰਧ ਤੋਂ, ਕਿਸੇ ਫਿਰਕੇ ਨਾਲ ਸੰਬੰਧ ਤੋਂ, ਪਰ ਪੁੱਛਿਓ ਜ਼ਰੂਰ। ਯਾਰ ਇੱਕ ਜਵਾਕ ਨੂੰ ਮਾਰ ਕੇ ਤੁਹਾਡੀ ਜਵਾਬਦੇਹੀ ਕੀ ਹੈ? ਕਿਹਦੇ ਕੋਲੇ ਜਾਈਏ ਅਸੀਂ? ਕਿਹਨੂੰ ਕਹੀਏ ਤੂੰ ਆਹ ਬੰਦਿਆਂ ਨੂੰ ਯਾਰ ਇਨਵੈਸਟੀਗੇਸ਼ਨ ਸ਼ਾਮਿਲ ਕਰ ਲਓ? ਤੁਹਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਇਹ ਇਕੱਲੀ ਇੰਟਰਵਿਊ ਨਹੀਂ ਹੈ, ਤੁਸੀਂ ਹੈਰਾਨ ਹੋਵੋਗੇ, ਲੱਖਾਂ ਰੁਪਈਆ ਤਨਖਾਹ ਲੈਣ ਵਾਲੇ ਕਰਮਚਾਰੀ ਅਧਿਕਾਰੀ ਇਹਦੇ ਵਿੱਚ ਹੋਣਗੇ। ਇਹੀ ਕਾਰਨ ਹੈ ਵੀ ਇੰਟਰਵਿਊ ਦੇ ਬਾਰੇ ਕੁਛ ਦੱਸਣਾ ਨਹੀਂ ਚਾਹੁੰਦੇ। ਇਹ ਇੱਕ ਨੈਕਸਸ ਹੈ ਜਿਹੜਾ ਸਾਡੀਆਂ ਜਵਾਨੀਆਂ ਦਾ, ਸਾਡੇ ਧੀਆਂ ਪੁੱਤਾਂ ਦੀ ਮੌਤ ਦੇ ਸੌਦੇ ਕਰਦਾ। ਇਹ ਇੱਕ ਨੈਕਸਸ ਹੈ, ਉਹ ਨੈਕਸਸ ਟੁੱਟ ਸਕਦਾ, ਉਹ ਨੈਕਸਸ ਨੰਗਾ ਹੋ ਸਕਦਾ, ਪਰੰਤੂ ਉਹਨੂੰ ਢੱਕਣ 'ਤੇ ਲੱਗੇ ਹੋਏ ਨੇ ਸਾਰੇ ਵੀ ਜੇ ਚੁੱਪਚਾਪ ਰਹਿ ਜਾਵੇ, ਜੇ ਤਾਂ ਕੋਈ ਗੱਲ ਨਾ ਹੀ ਚੱਲੇ ਤਾਂ ਚੰਗੀ। ਉਹ ਬਈ ਮਾਨੂੰ ਇੱਕ ਮੇਰੇ ਵਰਗੇ ਮਜ਼ਦੂਰ ਵਰਗੇ ਬੰਦੇ ਦਾ 50-55 ਸਾਲਾਂ ਦੀ ਕਮਾਈ ਤੁਸੀਂ ਇੱਕ ਮਿੰਟ ਦੇ ਵਿੱਚ ਰਾਖ ਕਰਕੇ ਚੱਲ ਗਏ, ਤੁਹਾਡੇ ਕੀੜੇ ਪੈਣਗੇ ਤੁਹਾਡੇ। ਢੱਕ ਲਓ ਜਿੰਨਾ ਢੱਕਣਾ, ਕੋਈ ਫਰਕ ਨਹੀਂ ਪੈਂਦਾ, ਮੇਰਾ ਤਾਂ ਚਲਾ ਗਿਆ, ਮੈਨੂੰ ਮੁੜ ਕੇ ਮਿਲਣਾ ਤਾਂ ਹੈ ਨਹੀਂ। ਮੇਰੀ ਤਾਂ ਇੱਕ ਕਲਪਨਾ, ਮੈਂ ਟੇਕ ਕੇ ਬਹਿ ਨਹੀਂ ਸਕਦਾ ਜਦ ਤੱਕ ਸਾਹ ਚੱਲਦੇ ਨੇ, ਮੈਂ ਲੜਦੇ ਰਹਿਣਾ। ਪਰ ਤੁਸੀਂ ਉਹ ਪਰਮਾਤਮਾ ਉੱਪਰ ਇੱਕ ਅਦਾਲਤ ਹੋਰ ਵੀ ਹੈਗੀ, ਅਦਾਲਤਾਂ ਵੈਸੇ ਥੱਲੇ ਵਾਲੀਆਂ ਵੀ ਕੰਮ ਕਰੀ ਜਾਂਦੀਆਂ, ਪਰੰਤੂ ਜੇ ਇਹਨਾਂ ਤੋਂ ਵੀ ਤੁਸੀਂ ਬਚ ਗਏ ਸਰਕਾਰਾਂ ਦੀ ਮਦਦ ਦੇ ਨਾਲ, ਅਗਲੀ ਗੌਰਮੈਂਟ ਜਿਹੜੀ ਅਦਾਲਤ ਹੈ ਉੱਪਰ ਵਾਲੀ ਅਕਾਲ ਪੁਰਖ ਦੀ, ਕੀੜੇ ਪੈਣਗੇ ਤੁਹਾਡੇ ਸਾਰਿਆਂ ਨੂੰ। ਖਾਸ ਕਰਕੇ ਆ ਜਿਹੜੇ ਤੁਸੀਂ ਸਾਡੇ ਉੱਤੇ ਰਾਜ ਕਰਨ ਦੇ, ਸਾਡੇ ਟੈਕਸਾਂ ਤੋਂ ਤਨਖਾਹਾਂ ਲੈ ਕੇ ਤੁਸੀਂ ਸਾਨੂੰ ਲਟਕਾਈ ਜਾਂਦੇ ਹੋ। ਮੇਰਾ ਪੁੱਤ ਖਜ਼ਾਨੇ 'ਚ 2 ਕਰੋੜ ਰੁਪਇਆ ਪਾਵੇ ਔਰ ਜਾਨਵਰਾਂ ਵਾਂਗੂ ਢੇਰੀ ਹੋ ਜਾਵੇ, ਸਰਕਾਰੇ ਕਿੱਥੇ ਦੇਵੇਗੀ? ਦੇਣਾ ਲੈ ਕੇ ਬਹਿ ਜਾਂਗੇ ਤੈਨੂੰ ਅਸੀਂ, ਔਰ ਮੇਰੀ ਤਾਕਤ ਤੁਸੀਂ ਹੋ, ਮੇਰੀਆਂ ਬਾਹਾਂ ਤੁਸੀਂ ਹੋ, ਮੇਰੀ ਤੁਹਾਡੇ ਚਰਨਾਂ 'ਚ ਅਰਦਾਸ ਹੈ, ਬੇਨਤੀ ਹੈ, ਜੋਦੜੀ ਕਰਦਾ ਤੁਹਾਡੇ। ਧਿਆਨ ਰੱਖਿਓ, 50 ਸਾਲ ਦੀ ਕਮਾਈ ਮੇਰੀ ਇਹਨਾਂ ਨੇ ਬਿਨਾਂ ਕਸੂਰ ਤੋਂ ਮਿੱਟੀ ਦੇ ਵਿੱਚ ਮਿਲਾਤੀ। ਜੇ ਤੁਸੀਂ ਸਿਰ 'ਤੇ ਹੱਥ ਨਹੀਂ ਰੱਖੋਗੇ ਤਾਂ ਫਿਰ ਮੇਰਾ ਕੋਈ ਬਾਲੀ ਵਾਰਸ ਨਹੀਂ। ਮੈਨੂੰ ਨਹੀਂ ਪਤਾ ਤੁਸੀਂ ਮੇਰੀ ਮਦਦ ਕਿਵੇਂ ਕਰਨੀ ਹੈ, ਜਿਵੇਂ ਵੀ ਹੋਈ ਉਵੇਂ ਕਰਦੇ ਹੋ, ਪਰੰਤੂ ਇਹਨਾਂ ਜ਼ਾਲਮਾਂ ਨੂੰ, ਇਹਨਾਂ ਪਾਪੀਆਂ ਨੂੰ ਪਤਾ ਲੱਗ ਜੇ ਕਿਸੇ ਦਾ ਸ਼ੇਰ ਵਰਗਾ ਪੁੱਤ ਕਿਵੇਂ ਬਿਨਾਂ ਵਜ੍ਹਾ ਤੋਂ ਮਾਰਦੇ। ਸਾਡਾ ਕਸੂਰ ਇਹੀ ਸੀ, ਸਾਡੀ ਔਕਾਤ ਛੋਟੀ ਸੀ, ਅਸੀਂ ਵੱਡੇ ਪੈਸੇ ਕਮਾਉਣ ਲੱਗ ਗਏ, ਵੱਡੀ ਸਾਡੀ ਕਮਾਈਆਂ ਕਰਨ ਲੱਗ ਗਏ, ਦੇਸ਼ਾਂ ਵਿਦੇਸ਼ਾਂ ਸਾਡਾ ਨਾਂ ਹੋ ਗਿਆ, ਬਸ ਆਹੀ ਮੇਰਾ ਕਸੂਰ ਸੀ। ਨਹੀਂ, ਪਰਮਾਤਮਾ ਨੇ ਜਿੰਨੀ ਕੁ ਮੈਨੂੰ ਔਕਾਤ ਵੱਟਾ ਕਰਨ ਦੀ ਦਿੱਤੀ ਸੀ, ਕਿ ਜ਼ਿਮੀਂਦਾਰ ਦੇ ਘਰ ਜਨਮ ਦਿੱਤਾ ਸੀ, ਜਿਵੇਂ ਉਹ ਕਿੱਤਾ ਪੁਰਖੀ ਕਿੱਤਾ ਕਰਦਾ ਰਹਿੰਦਾ, ਸ਼ਾਇਦ ਮੇਰੇ ਬੱਚੇ ਨਾ ਮਾਰਿਆ ਜਾਂਦੇ। ਆਹੀ ਗੁਨਾਹ ਹੈ ਮੇਰਾ ਕਿ ਮੇਰੇ ਖਾਨਦਾਨ ਨੇ ਤਰੱਕੀ ਕਰਦੀ। ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਮੈਂ ਜ਼ਿਆਦਾ ਭਾਵਕ ਨਾ ਹੋਵਾਂ, ਕਿਉਂਕਿ ਤੁਸੀਂ ਇੰਨੀ ਦੂਰੋਂ ਮਿਲਣਾ ਉਹਨੂੰ, ਮੈਂ ਅਗਲੇ ਮੈਂ ਜਿੱਥੇ ਕਿਤੇ ਵੀ ਬੋਲਦਾ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਥੋੜ੍ਹਾ ਮੋਟੀਵੇਟ ਕਰਾਂ। ਆਪਾਂ ਨੂੰ 2 ਸਾਲ ਹੋ ਗਏ ਥਰੂ ਪਾਉਂਦਿਆਂ ਨੂੰ, ਜ਼ਿਆਦਾ ਗਮ ਦੇ ਨਾਲ ਆਪਾਂ ਕਮਜ਼ੋਰ ਹੀ ਹੁੰਦੇ ਹਾਂ, ਅਤੇ ਆਪਾਂ ਫਿਰ ਤੋਂ ਕਿਵੇਂ ਨਾ ਕਿਵੇਂ ਜ਼ਿੰਦਗੀ ਨੂੰ ਰੋੜਨ ਦਾ ਉਪਰਾਲਾ ਕਰੀਏ। ਜਿਹੜੇ ਘਾਟੇ ਖਾ ਲਏ ਉਹ ਵੀਰੋ ਨਹੀਂ ਆਉਂਦੇ, ਤੁਹਾਡਾ ਪਿਆਰ ਇੰਨਾ ਮਿਲਿਆ ਕਿ ਮੈਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੁਹਾਡਾ ਕਰਜ਼ਦਾਰ ਰਹੂੰਗਾ। ਦੁਨੀਆਂ ਨੇ ਮੇਰੇ ਪੁੱਤ ਦਾ ਜੋ ਦੁੱਖ ਮੰਨਿਆ, ਮੇਰਾ ਉਹਨਾਂ ਦੇ ਅੱਗੇ ਸਿਰ ਝੁਕਦਾ, ਤੁਹਾਡੇ ਸਭ ਦੇ ਅੱਗੇ। ਲੱਖਾਂ ਦੀ ਗਿਣਤੀ ਦੇ ਵਿੱਚ ਆ ਕੇ ਤੁਸੀਂ ਮੇਰਾ ਹੌਸਲਾ ਵਧਾਇਆ, ਪਰ ਮੈਨੂੰ ਤੁਹਾਡੇ ਸਾਥ ਤੋਂ ਹਿੰਮਤ ਵੀ ਮਿਲਦੀ ਹੈ ਇਸ ਗੂੰਗੀ ਬੋਲੀ ਪ੍ਰਸ਼ਾਸਨ ਦੇ ਨਾਲ, ਸਰਕਾਰ ਦੇ ਨਾਲ ਲੜਨ। ਕੁਛ ਭਾਵਕ ਹੋਇਆ ਸ਼ਬਦ, ਕਿਸੇ ਨੂੰ ਵੱਧ ਘੱਟ ਕਹਿ ਗਿਆ ਹਾਂ, ਮਾਫ਼ ਕਰਨ ਯੋਗ ਹੈ ਸੰਗਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।